ਔਰ ਅੱਬਾ ਹੈਗਾ ਕਿ ਕਿਤੇ ਗਿਆ ਮੈਂ ਰਿਸ਼ਤੇ ਰੁਸ਼ਤੇਦਾਰੀ 'ਚ ਆਪਾਂ ਠੰਡ ਕਿੱਥੇ ਉਹਨੂੰ ਕੱਢ ਬਾਰੇ ਆ ਨਹੀਂ ਤੂੰ ਉਹਨੂੰ ਬੁਲਾ ਉਹਦੇ ਨਾਲ ਹੀ ਗੱਲ ਕਰਨੀ ਆ ਤਾਂ ਔਰ ਰੱਬਾ ਕੇਅਰ ਤੂੰ ਜਵਾਕਾਂ ਵਾਲੇ ਲੱਛਣ ਕਰੀ ਜਾਂਦਾ ਊਂ ਇੱਕ ਦਿਨ ਠੰਡ 'ਚ ਦਾ ਮੂੰਹ ਦਿਖਾ ਕੇ ਲੈ ਗਿਆ ਮੁੜਦੀ ਗੱਡੀ ਲੈ ਕੇ ਗਿਆ ਹੁਣ ਇਹਨੂੰ ਕਰਨੀ ਇੱਕ ਵਾਰੀ ਆ ਗਈ ਤਾਂ ਆ ਗਈ ਇਹ ਤਾਂ ਐਂ ਲੱਗਦਾ ਜਿਵੇਂ ਗਰਮੀਆਂ ਨੇ ਹਾਈ ਕੋਰਟ 'ਚ ਰਿੱਟ ਪਾਈ ਹੁੰਦੀ ਆ ਵੀ ਨਹੀਂ ਨਹੀਂ ਅਸੀਂ ਰਹਾਂਗੇ ਠੰਡ ਨੂੰ ਨਹੀਂ ਆਉਣ ਦਿੰਦੇ ਪ੍ਰਵਾਸੀ ਆ ਇਹ ਕੇਸ ਕੂਸ ਚੱਲਦੇ ਨੇ ਤਾਂ ਕੀ ਗੱਲਾਂ ਕਰੀ ਨਾ ਰੱਬਾ ਕਿਉਂ ਤੂੰ 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 ਅੱਡ ਲੀਡਰਾਂ ਵਾਂਗੂ ਲਾਰੇ ਲਾਉਣ ਲੱਗ ਗਿਆ ਅੱਜ ਕਰ ਦਿੰਦੇ ਹਾਂ ਕੱਲ ਨੂੰ ਕਰ ਤੂੰ ਹਾਂ ਨਾ 'ਚ ਸਾਨੂੰ ਜਵਾਬ ਦੇ ਵੀ ਠੰਡ ਕਰਨੀ ਆ ਜਾਂ ਨਹੀਂ ਕਰਨੀ ਅਸੀਂ ਕਿਉਂ ਐਵੇਂ ਆਪਦੇ ਬੈੱਡ ਪੇਟੀਆਂ ਨੂੜੀ ਬੈਠੇ ਰਜਾਈਆਂ ਕਦੇ ਲਿਆ ਓਏ ਹੋਰ ਯਾਰ ਕਦੇ ਰਜਾਈਆਂ ਬਾਹਰ ਕੱਢ ਲਾ ਕਦੇ ਵਿੱਚ ਰੱਖ ਦਿਆ ਬੈੱਡ ਜੇ ਚਕਾ ਚਕਾ ਕੇ ਤੂੰ ਅੱਧੇ ਨੂੰ ਵੱਧ ਤਾਂ ਸਾਡੀਆਂ ਪਿੰਡਾਂ ਵਾਲੀਆਂ ਬੁੜੀਆਂ ਦੇ ਧਰਨ ਪਕਾਤੀ ਆ ਠੰਡ ਤਾਂ ਫਿਰ 15 ਦਿਨ ਕਰਨੀ ਹੁੰਦੀ ਹੋਰ ਯਾਰ ਉਹਨਾਂ ਨੇ ਤਾਂ ਭਰ ਭਰ ਫਰਨੈਲ ਦੀਆਂ ਪੁੜੀਆਂ ਭੈਣੇ ਬੈੱਡ ਪੇਟੀਆਂ ਤਾਂ ਐਂ ਬਣਾਏ ਭੈਣੇ ਜਿਵੇਂ ਬੱਦਲ ਵਾਲੀ ਛਾਉਣੀ 'ਚ ਬਰੂਦ ਨੱਪਿਆ ਹੁੰਦਾ ਤੂੰ ਜਵਾਬ ਦੇ ਦੇ ਵੀ ਨਹੀਂ ਕਰਨੀ ਉਈ ਕੁੱਤੇ ਝਾਕ ਚਲਾਇਆ ਯਾਰ ਸਾਨੂੰ ਵੀ ਅੱਜ ਆਊਗੀ ਠੰਡ ਕੱਲ੍ਹ ਨੂੰ ਆਊਗੀ ਜੇ ਆਈ ਤੂੰ 10-15 ਦਿਨ ਠੰਡ ਕਰਨੀ ਤਾਂ ਇੰਨੇ ਤਾਂ ਫਿਰ ਸਾਨੂੰ ਰੈਂਟ 'ਤੇ ਬਿਸਤਰੇ ਸਸਤੇ ਪੈਂਦੇ ਉਹ ਬੈੱਡ ਪੇਟੀਆਂ ਦਾ ਵਿਹਲੀਆਂ ਕਰੀਏ ਉੱਥੇ ਕੋਈ ਹੋਰ ਟਿਕ ਜੂ ਨਵੀਂ ਕੰਮ ਫੜ ਲਏ ਯਾਰ ਭਰਾਵਾ ਠੰਡ ਠੁੰਡ ਭੇਜਦੇ ਜੇ ਭੇਜਣੀਆਂ ਇੱਧਰ ਬੁੜੀਆਂ ਨੇ ਸਾਡੀਆਂ ਨੇ ਚੌਥੀ ਗਰੀ ਸਾਗ ਧਰ ਲਿਆ ਹਰੇਕ ਸੜਕ 'ਤੇ ਮੂੰਗਫਲੀ 'ਤੇ ਗੱਚਕਾਂ ਵਾਲੀਆਂ ਰੇਹੜੀਆਂ ਆ ਗਈਆਂ ਅਸੀਂ ਖਾ ਖਾ ਗੜ ਕਢਾਉਣੇ ਨੇ ਚਿੱਤਣਾਂ 'ਤੇ ਠੰਡ ਤੂੰ ਕਰਨ 'ਚ ਨਹੀਂ ਆਉਂਦਾ ਹੋਰ ਮੂੰਗਫਲੀ ਰਸੀਆ 'ਚ ਪੇ ਕਿਆ ਕਰੂਗੀ ਜਾ ਕੇ ਕਿੱਥੇ ਵੇਚਣਗੇ ਸਾਗ ਕਿੱਥੇ ਬਣੂਗਾ ਫਿਰ ਪੂਤਨ ਖਾਊਗਾ ਇਹ ਸਾਗ ਸੂਗ ਉਹ ਅੱਧੇ ਨਾਲ ਵੱਧ ਕੰਮਾਂ ਦਾ ਤਰੇ ਅਸੀਂ ਕਰਦੇ ਹਾਂ ਯਾਰ ਤੂੰ ਹਲੇ ਗਾਹਾਂ ਜਾ ਕੇ ਜਨਵਰੀ 'ਚ ਧੁੰਦ ਪਾਉਣੀ ਆ ਅਸੀਂ ਇੱਧਰ ਪਹਿਲਾਂ ਹੀ ਫੈਕਟਰੀਆਂ ਨਾਲ ਪੜਾਕਾਂ ਨਾਲ ਅੱਗਾਂ ਨਾਲ ਦੇਖ ਕਰੀ ਬੈਠੇ ਨਾ ਮਾਹੌਲ ਜਮਾਂ ਧੁੰਦਲਾ ਚਾਹੇ ਤੂੰ ਆਈ ਆ ਪਰ ਜਚਾਇਆ ਪਿਆ ਕਿ ਨਹੀਂ ਪ੍ਰੋਗਰਾਮ ਤੂੰ ਫੇਰ ਨਹੀਂ ਕਦਰ ਸਮਝਦਾ ਯਾਰ ਸਾਡੀ ਔਰ ਰਹਿੰਦੇ ਖੂੰਹਦੇ ਅਖਬਾਰਾਂ ਵਾਲੇ ਇਹ ਉਈ ਪਾ ਕੇ ਨਾ ਕਿਸੇ ਐਕਟਰਨੀ ਦੀ ਘੱਟ ਕੱਪੜਿਆਂ ਵਾਲੀ ਫੋਟੋ ਉੱਤੇ ਲਿਖ ਦੇਣਗੇ ਸੋਨਮ ਬਾਜਵਾ ਨੇ ਅੱਜ ਫੇਰ ਵਧਾਇਆ ਪਾਰਾ ਦੇਖੋ ਇਹ ਹੌਟ ਤਸਵੀਰ ਉਹ ਮੇਰੀ ਨਾ ਐਕਟਰਨੀਆਂ ਨੂੰ ਵੀ ਬੇਨਤੀ ਆ ਜਿੰਨੀਆਂ ਵੀ ਨੇ ਉਹ ਭਾਈ ਤੁਸੀਂ ਆ ਦੇਣਾ ਚਾਹੁੰਦਾ ਕੋਈ ਲੀੜਾ ਕੱਪੜਾ ਰਾਜੇ ਪਾ ਕੇ ਰੱਖੋ ਲੋਈ ਲੂਈ ਲੈ ਲਓ ਇਨਵਾਇਰਮੈਂਟ ਤਾਂ ਪਹਿਲਾਂ ਖਰਾਬ ਹੋਇਆ ਪਿਆ ਉੱਤੋਂ ਤੁਸੀਂ ਪਾਰਾ ਚੱਕ ਦਿੰਦੀ ਹੋ ਅੱਜ ਸੋ ਤੁਸੀਂ ਕਹੋਗੇ ਤਾਂ ਯਾਰ ਵੀ ਕੁੜੀਆਂ ਦੇ ਮਗਰ ਪਿਆਰਿਆਂ ਦਾ ਪਰ ਕੁੜੀਆਂ ਦਾ ਨਾ ਠੱਗ ਠਗਾ ਜਿਹਾ ਠੀਕ ਹੁੰਦਾ ਜਿਵੇਂ ਹੁਣ ਸਾਡੇ ਵਰਗੇ ਪਹਿਲਾਂ ਸੋਚਦੇ ਨੇ ਵੀ ਕੰਟੈਂਟ ਕੋਈ ਹਲਕਾ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਤੈਨੂੰ ਪਤਾ ਉਹਦੀ ਥੱਲੇ ਲੱਗ ਬਾਈ ਗਿਆ ਤੂੰ ਵੀ ਬਾਈ ਤੇਰਾ ਟਾਈਮ ਵੀ ਗਿਆ ਬਾਈ ਤੇਰਾ ਉਹ ਟਾਈਮ ਨੂੰ ਮੇਰੀ ਨਿਊ ਦੀਪ ਚੱਲਦੀ ਆ ਵੀ ਮੇਰਾ ਟਾਈਮ ਮੈਂ ਸੂਜੂ ਸਵਾਰੀਆਂ ਕੋਈ ਹੋਰ ਲੈ ਚੱਕ ਗਿਆ ਤਾਂ ਗਿਆ ਯਾਰ ਫਿਰ ਸਾਨੂੰ ਤਾਂ ਕੋਈ ਮਾੜਾ ਜਿਹਾ ਟੱਸ ਤੋਂ ਮੱਸ ਨਹੀਂ ਹੋਣ ਦਿੰਦਾ ਅਸੀਂ ਆਪਦੇ ਵੱਲੋਂ ਪੂਰਾ ਜ਼ੋਰ ਲਾਈਦਾ ਵੀ ਨਹੀਂ ਯਾਰ ਚਾਹੇ ਗਾਉਣਾ ਹੋਵੇ ਕੁਛ ਵੀ ਹੋਵੇ ਵੀ ਜੀ ਜਾਨ ਲਾ ਕੇ ਬਣਾਉਣਾ ਕੰਟੈਂਟ ਵੀ ਹੈ ਹਲਕੀ ਚੀਜ਼ ਕੁੜੀਆਂ ਦਾ ਠੱਗ ਠਗਾ ਜਿਹਾ ਠੀਕ ਆ ਇੱਕ ਫੋਟੋ ਗੱਲ ਜੇ ਤੇ ਹੱਥ ਰੱਖ ਲਈ ਇੱਕ ਐਂ ਜੇ ਕਰ ਲਈ ਇੱਕ ਇੱਧਰ ਨੂੰ ਟੇਢੀ ਜਿਵੇਂ ਮੈਨੂੰ ਲੱਗਦਾ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਵੀ ਯਾਰ ਉਹ ਕੰਟੈਂਟ 'ਤੇ ਮਿਹਨਤ ਬਹੁਤ ਕੀਤੀ 2-3 ਦਿਨ ਮੈਂ ਸੋਚਦਾ ਰਿਹਾ ਲਗਾਤਾਰ ਫਿਰ ਉਹ ਬਣਿਆ ਫਿਰ ਉਹਦੀ ਰੀਚ ਵੀ ਬਹੁਤ ਗਈ ਐਵੇਂ ਕੁੜੀਆਂ ਜਿਹੀਆਂ ਐਕਟਰਨੀਆਂ ਆਪਸ 'ਚ ਗੱਲਾਂ ਕਰਦੀਆਂ ਹੋਣਗੀਆਂ ਮੈਂ ਨਾ ਸਾੜੀ ਲਾਈ ਆ ਸਾੜੀ ਵਾਲੀ ਫੋਟੋ ਨੂੰ ਇੰਨੀ ਰੀਚ ਕੰਮ ਹੀ ਸਿੱਧਾ ਨਾ ਕੁਛ ਸੋਚਣਾ ਨਾ ਕਰਨਾ ਸਾੜੀ ਲਾ ਲਓ ਕਦੇ ਸਕਲਟ ਪਾ ਲਓ ਸਲਵਾਰ ਸੂਟ ਪਾ ਲਓ ਭੈਣਾਂ ਵੇਰੀਏਸ਼ਨ ਜੀ ਦੇ ਚੱਲੋ ਰੀਚ ਆਉਣ ਮਾਰਕ ਚੱਕਰਵਰਗ ਵੀ ਐਂ ਹਲਕ ਹਲਕ ਰੀਚ ਦਿੰਦਾ ਇਹਨਾਂ ਦਾ ਸਾਡੇ ਮੂੰਹ ਤਾਂ ਕਹੀ ਨਾ ਟੋਈ ਪੱਟਦਾ ਰਹਿੰਦਾ ਵੀ ਆਪੀ ਐਂ ਚੱਲ ਲਿਆ ਜਾਂ ਤੂੰ ਐਂ ਹੋਣ ਸੋ ਬੈਕ ਟੂ ਆਈਏ ਫਿਰ ਮੈਂ ਫਿਰ ਕੁੜੀਆਂ ਦੇ ਤਵਾ ਲਾਉਣਾ ਮੇਰਾ ਪਹਿਲੇ ਦਿਨ ਤੋਂ ਤੈਨੂੰ ਸੋ ਮੁੱਦਾ ਅੱਜ ਦਾ ਆਪਣਾ ਹੈਗਾ ਜੀ ਫਿਰ ਠੰਡ ਵਾਲਾ ਰੱਬਾ ਤੈਨੂੰ ਸਾਡੀ ਬੇਨਤੀ ਆ ਜੇ ਬਾਜ ਬੂਜ ਪਹੁੰਚਦੀ ਆ ਬਥੇਰੇ ਤੂੰ ਸਾਡੇ ਏਰੀਏ 'ਚੋਂ ਬੁੜੇ ਜਿਹਾ ਐਤਕੀ ਲੈ ਗਿਆ ਚੱਕ ਕੇ ਉਹਨਾਂ ਨੇ ਤੈਨੂੰ ਦੱਸ ਹੀ ਦਿੱਤਾ ਹੁਣ ਸਾਡੀਆਂ ਮੰਗਾਂ ਕੀ ਨੇ ਇੱਥੇ ਭਰਾਵਾ ਠੰਡ ਕਰਨੀਆਂ ਤਾਂ ਦੱਸਦੇ ਨਹੀਂ ਕਰਨੀਆਂ ਕੋਟੀਆਂ ਸਵੈਟਰ ਤਾਂ ਕਿਰਾਏ 'ਤੇ ਦੇ ਦਈਏ ਨਹੀਂ ਅੱਧ ਮੁੱਲ 'ਚ ਚੁਕਾਈਏ ਪਰੇ ਉਈ ਨੂੜ ਬੰਨਿਆ ਬੰਨ ਬੰਨ ਪੰਡਾਂ ਇੰਨੀ ਇੰਨੀ ਫਰਨੈਲ ਠੋਕੀ ਪਈ ਉਹਨਾਂ 'ਚ ਸਾਰੇ ਘਰ 'ਚੋਂ ਤਾਂ ਐਂ ਮੁਸ਼ਕ ਆਈ ਜਾਂਦਾ ਜਿਵੇਂ ਭੈਣਾਂ ਮੇਰੇ ਕੋਲ DMC 'ਚ ਪੋਚੇ ਦਾ ਠੇਕਾ ਹੁੰਦਾ ਮਾੜਾ ਜਿਹਾ ਬੈੱਡ ਚੱਕਦੇ ਉਹਦੀ ਹਵਾ ਆਉਣ ਲੱਗ ਗਈ ਸੋ ਬਿਲਡੋ ਹੁਣ ਆਪੋ ਆਪਣੇ ਹੱਕਾਂ ਲਈ ਉੱਠਣ ਦਾ ਟਾਈਮ ਆ ਗਿਆ ਸਭ ਤੋਂ ਪਹਿਲੀ ਤਾਂ ਸਾਡੀ ਵਾਰਨਿੰਗ ਹੈਗੀ ਹੈ ਇਸ ਘਪਲੇਬਾਜ਼ ਮਹੀਨੇ ਨੂੰ ਜਿਹੜਾ ਰੱਬ ਨਾਲ ਰਲਿਆ ਪਿਆ ਇਹਨੂੰ ਅਸੀਂ ਵਾਰਨਿੰਗ ਦਿੰਦੇ ਹਾਂ ਵੀ ਜੇ ਰੱਬਾਂ ਆਉਣ ਵਾਲੇ ਇੱਕ ਹਫ਼ਤੇ ਤੱਕ ਠੰਡ ਨਾ ਸ਼ੁਰੂ ਹੋਈ ਤਾਂ ਅਗਲੇ ਸਾਲ ਇਸ ਨਵੰਬਰ ਮਹੀਨੇ ਦਾ ਨਾਮ ਕੈਲੰਡਰ 'ਚ ਨਵੰਬਰ ਨਹੀਂ ਲੰਡਰ ਹੋਊਗਾ ਲੰਡਰ ਠੀਕ ਆ ਯਾਰ ਇਹ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਗਿਆ ਨਹੀਂ 15 ਨਵੰਬਰ ਤਾਂ ਕੀ ਹੋਰ ਠੰਡ ਕਦੋਂ ਆਊਗੀ ਯਾਰ ਅਤੇ ਤੈਨੂੰ ਵੀ ਰੱਬਾ ਪਹਿਲਾਂ ਤਾਂ ਸਾਡੀ ਬੇਨਤੀ ਹੈ ਪਰ ਜੇ ਤੂੰ ਆਹੀ ਲੱਛਣਾਂ 'ਤੇ ਰਿਹਾ ਨਾ ਠੰਡ ਕੀਤੀ ਤਾਂ ਆਉਣ ਵਾਲੇ ਟਾਈਮ 'ਚ ਇੱਕ ਵੱਡੇ ਸੰਘਰਸ਼ ਲਈ ਤਿਆਰ ਹੋ ਜਾ ਬੇੜੋ ਇਕੱਠੇ ਹੋਵੋ ਯਾਰ ਇਕੱਠੇ ਹੋ ਕੇ ਆਪੋ ਆਪਣੇ ਕੂਲਰ ਨੰਗੇ ਕਰਕੇ ਰੋਡ 'ਤੇ ਰੱਖਾਂਗੇ ਮੋਟਰਾਂ ਉਹਨਾਂ ਦੀਆਂ ਬਾਹਰ ਕੱਢ ਕੇ ਪ੍ਰਦਰਸ਼ਨ ਕਰਾਂਗੇ ਇਕੱਠੇ ਹੋ ਜਾ ਬੇੜੋ ਨਵੀਂ ਕੰਮ ਫੜ ਲਏ ਯਾਰ ਪੌਣਾ ਨਵੰਬਰ ਨਾ ਗਿਆ ਠੰਡ ਰਹੀ ਹੈ ਸਾਡੇ ਰਿਸ਼ਤੇਦਾਰਾਂ ਨੇ ਰੰਬ ਦਿੱਤੀ ਮੈਂ ਉਹ ਪੀਣ ਤੋਂ ਬੈਠਾ ਯਾਰ ਸੋ ਅਗਲੇ ਹਫ਼ਤੇ ਤੱਕ ਠੰਡ ਕਰ ਦਿਓ ਜੀ ਰੱਬਾ ਜਿਹੜਾ ਤੇਰੇ ਨਾਲ ਨਹੀਂ ਤਾਂ ਬੰਦਾ ਰਲਿਆ ਵਾ ਨਵੰਬਰ ਇਹਦੇ ਨਾਲ ਵੀ 2-2 ਹੱਥ ਦੇਖਾਂਗੇ ਤੈਨੂੰ ਤਾਂ ਮਿਹਨਤੀ ਕਰਦੇ ਹਾਂ ਫਿਰ ਅਗਲੇ ਸਾਲ ਤੋਂ ਨਵੰਬਰ ਦਾ ਨਾਂ ਲੰਡਰ ਹੋਊਗਾ ਜੀ ਲੰਡਰ ਇਹ ਗੱਲ ਕਲੀਅਰ ਬੇੜਾ ਇਕੱਠੇ ਹੋ ਜਾਂਦਾ ਦਿਖਾਈਏ ਫਿਰ ਇਹਨਾਂ ਨੂੰ ਵੀ ਜਾਓ ਰਹੀ ਯਾਰ